ਸਾਹਮਣੇ ਇੱਕ ਮਾਮਲਾ ਆਇਆ ਵਾ। ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਨੇ ਅੰਮ੍ਰਿਤਸਰ ਪੁਲਿਸ ਨੂੰ ਇਨਫੋਰਮ ਕੀਤਾ ਵਾ ਕਿ ਇੱਕ ਲੜਕੀ ਜਿਹੜੀ ਕਿ ਲੁਧਿਆਣਿਓਂ ਅੰਮ੍ਰਿਤਸਰ ਪੁੱਜੀ ਸੀ ਅਤੇ ਪੁੱਜਣ ਤੋਂ ਬਾਅਦ ਉਹਨੂੰ ਜਦੋਂ ਬੱਸ ਨਹੀਂ ਮਿਲੀ ਤਾਂ ਆਟੋ ਚਾਲਕਾਂ ਨੇ ਉਹਨੂੰ ਬਿਸਲਾ ਫਸਲਾ ਕੇ ਇੱਕ ਨਿੱਜੀ ਹੋਟਲ ਦੇ ਵਿੱਚ ਲੈ ਜਾ ਕੇ ਉਹਦਾ ਰੇਪ ਕੀਤਾ। ਰੇਪ ਕਰਨ ਤੋਂ ਬਾਅਦ ਸਵੇਰੇ ਫਿਰ ਉਹਨੂੰ ਵਾਪਸੀ ਬੱਸ ਦੇ ਵਿੱਚ ਬਿਠਾ ਦਿੱਤਾ ਗਿਆ। ਜਦੋਂ ਬੱਸ ਦੇ ਵਿੱਚ ਬਿਠਾ ਦਿੱਤਾ ਗਿਆ ਤਾਂ ਜਦੋਂ ਲੁਧਿਆਣੇ ਪਹੁੰਚੀ ਉਹ ਲੜਕੀ ਉਹਨੇ ਆਪਣੇ ਪਰਿਵਾਰ ਨੂੰ ਦੱਸਿਆ ਅਤੇ ਪਰਿਵਾਰ ਨੇ ਜਾ ਕੇ ਨਜ਼ਦੀਕੀ ਜਿਹੜਾ ਥਾਣਾ ਸੀ ਉੱਥੇ ਕੰਪਲੇਂਟ ਦਿੱਤੀ। ਉਹਦੇ ਕੰਪਲੇਂਟ ਦੇ ਉੱਤੇ ਬਿਆਨਾਂ ਦੇ ਉੱਤੇ 0 FIR ਦਰਜ ਕਰ ਦਿੱਤੀ ਗਈ ਅਤੇ ਉਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਅੰਮ੍ਰਿਤਸਰ ਪੁਲਿਸ ਨੂੰ ਇਨਫੋਰਮ ਕੀਤਾ ਅਤੇ ਹੁਣ ਅੰਮ੍ਰਿਤਸਰ ਪੁਲਿਸ ਪੂਰੀ ਸ਼ਨਾਖਤ ਕਰ ਰਹੀ ਹੈ ਕਿ ਆਖਿਰਕਾਰ ਹੋਟਲ ਕਿਹੜਾ ਸੀ ਅਤੇ ਆਟੋ ਚਾਲਕ ਕਿਹੜੇ ਸੀ। ਜਿੱਦਾਂ ਵੀ ਉਹਨਾਂ ਦਾ ਪਤਾ ਲੱਗੇਗਾ ਉਹਨਾਂ ਦੇ ਪਤਾ ਲੱਗਣ ਤੋਂ ਬਾਅਦ ਆਟੋ ਚਾਲਕਾਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ। ਕੈਮਰਾਮੈਨ ਮੁਕੇਸ਼ ਦੇ ਨਾਲ ਸੁਖਚੈਨ ਸਿੰਘ, ਡੇਲੀ ਪੋਸਟ, ਅੰਮ੍ਰਿਤਸਰ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਤਾਂ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ। ਤੁਸੀਂ ਕਾਲ ਕਰ ਸਕਦੇ ਹੋ 92563 92563 'ਤੇ।